ਇੱਕ ਬੱਚਾ ਮਿਲਿਆ ਸਰ, ਇਹ ਵੀ ਸਾਰਾ ਤੁਹਾਡੀ ਸਿਹਰਾ ਜਾਂਦਾ। ਉਹ ਕਹਿੰਦਾ ਪਹਿਲਾਂ ਤਾਂ ਮੈਂ ਰੇਡੀਓਲੋਜਿਸਟ ਬਣ ਜਾਊਂਗਾ ਡਾਕਟਰ, ਉਹ ਤੋਂ ਬਾਅਦ ਫਿਰ ਮੈਂ ਵੋਟਾਂ 'ਚ ਖੜਾ ਹੋਊਂਗਾ, ਫਿਰ ਮੈਂ CM ਬਣੂੰਗਾ। ਮੈਂ ਕਿਹਾ CM ਬਣੇਗਾ? ਮੈਂ ਕਿਹਾ ਬੇਟਾ ਹਜੇ ਤਾਂ 8ਵੀਂ 9ਵੀਂ 'ਚ ਹੀ ਹੈ, ਪਹਿਲਾਂ ਪੜ੍ਹੇਗਾ, ਫਿਰ ਲੋਕਾਂ ਦੀ ਸੇਵਾ 'ਚ ਲੱਗੇਗਾ, ਫਿਰ ਇਲੈਕਸ਼ਨਾਂ 'ਚ ਖੜ੍ਹੇਗਾ, ਫਿਰ ਉਦੋਂ ਬਾਅਦ CM ਬਣੇਗਾ। ਕਹਿੰਦਾ ਹਾਂਜੀ, ਉਹਨਾਂ ਚਿਰ ਤੁਸੀਂ ਹੈਗੇ ਹੋ, ਉਹ ਤੋਂ ਬਾਅਦ ਫਿਰ ਮੈਂ ਆ ਜਾਊਂਗਾ ਜੀ। ਕਿਆ ਕੌਨਫੀਡੈਂਸ ਹੈ! ਨਹੀਂ ਤਾਂ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਅਤੇ ਪੈਸੇ ਵਾਲਿਆਂ ਦਾ ਖੇਡ ਮੰਨਦੇ ਸੀ। ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਵਜ੍ਹਾ ਨਾਲ ਕਿ 8ਵੀਂ 9ਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜ੍ਹਾ ਹੋ ਕੇ ਮੁੱਖ ਮੰਤਰੀ ਬਣੂੰਗਾ। ਇਹ ਵਿਸ਼ਵਾਸ ਜਾਗ ਗਿਆ ਜੀ, ਵਿਸ਼ਵਾਸ, ਆਹ ਫਰਕ ਹੈ। ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ। ਆਮ ਆਦਮੀ ਕਲੀਨਿਕ ਖੋਲ੍ਹ ਰਹੇ ਹਾਂ, ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ, ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ, ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ, ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ, ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ, ਇਹਨਾਂ ਨੂੰ ਬਿਮਾਰ ਹੀ ਰੱਖੋ। ਇਹ ਆਮ ਆਦਮੀ ਕਲੀਨਿਕ ਖੋਲ੍ਹੀ ਜਾਂਦੇ ਨੇ, ਪੈਸੇ ਬੰਦ ਕਰ ਦਿਉ, ਸੈਂਟਰ 'ਚੋਂ ਪੈਸਾ ਦੇਣਾ ਬੰਦ ਕਰਤਾ, ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫਿਰ ਪੈਸੇ ਦੇਵਾਂਗੇ। ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ, ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਹੈ, ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਹੈ, ਮੰਡੀ ਨੂੰ ਜਾਂਦੀ ਹੈ ਸਿੱਧੀ, ਟਰੈਕਟਰ ਜਾਂਦੇ ਆ, ਡਬਲ ਟਾਇਰਾਂ ਵਾਲੀਆਂ ਟਰਾਲੀਆਂ ਜਾਂਦੀਆਂ, ਇਹ ਤਾਂ ਬਹੁਤ ਖੁਸ਼ਹਾਲ ਹੋ ਗਏ, ਇੰਨੀ ਸੜਕਾਂ ਨਹੀਂ ਵੰਡ ਦੇਣੀਆਂ। RDF ਦਾ ਪੈਸਾ ਰੋਕ ਲਓ, RDF ਹੈਗਾ ਰੂਰਲ ਡਿਵੈਲਪਮੈਂਟ ਫੰਡ, ਮੰਡੀ ਬੋਰਡ ਦਾ ਪੈਸਾ, 5,500 ਕਰੋੜ ਰੋਕ ਲਿਆ। ਜੇ 5,500 ਕਰੋੜ ਦੇ ਦੇਣ ਨਾ, ਐਨ ਲਿਸ਼ਕਦੀਆਂ ਸੜਕਾਂ 67,000 ਕਿਲੋਮੀਟਰ ਬਣ ਜਾਣਗੀਆਂ, ਹਰੇਕ ਪਿੰਡ ਨੂੰ 18 ਫੁੱਟ ਹੀ ਜਾਊਗੀ, ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ, ਪਰ ਪੈਸਾ ਰੋਕ ਲਿਆ ਕੇਂਦਰ ਨੇ। ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ, 3 ਤਖ਼ਤ ਤਾਂ ਆਪਣੇ ਇੱਥੇ ਪੰਜਾਬ 'ਚ ਨੇ, 2 ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਬਾਹਰ ਨੇ, ਟ੍ਰੇਨਾਂ ਬੁੱਕ ਕਰ ਲਈਆਂ, ਪੈਸੇ ਦੇ ਤੇ ਆ ਲਓ ਜੀ, ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੀ ਇੰਨੀ ਤਰੀਕ ਨੂੰ ਦੇ ਦਿਉ। ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ, ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ, ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ 2 ਟਾਈਮ 'ਤੇ, ਅਤੇ ਇਹ ਤਾਂ ਗੁਰੂ ਦੇ ਆਸ਼ੀਰਵਾਦ ਪ੍ਰਾਪਤ ਹੈ ਲੋਕ ਨੇ, ਇਹਨਾਂ ਨੂੰ ਮੱਥਾ ਵੀ ਨਾ ਟੇਕਣ ਦਿਓ ਵੀਰੋ। 7 ਤਰੀਕ ਵਾਲੀ ਅਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ, ਲਿਖ ਕੇ ਦੇਤਾ ਸਾਨੂੰ, ਮੇਰੇ ਕੋਲ ਈਮੇਲ ਪਈ ਹੈ ਇਹਦੇ ਵਿੱਚ, ਰੇਲਵੇ ਨੇ ਲਿਖ ਕੇ ਦਿੱਤਾ, ਕਹਿੰਦੇ ਸਾਡੇ ਕੋਲ ਇੰਜਣ ਨਹੀਂ ਹੈਗੇ, ਅਸੀਂ ਨਹੀਂ ਦਿੰਦੇ। ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹੁਣ, ਇੰਨੇ ਥੱਲੇ ਗਿਰ ਗਏ। ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ, ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਬੱਸ ਚੱਲੇ, ਇਹ ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ, ਉਹ BJP 'ਚ ਨੇ ਹੁਣ, ਕਿ ਜੇ ਇਹਨਾਂ ਦਾ ਬੱਸ ਚੱਲੇ ਜਨ ਗਨ ਮਨ 'ਚੋਂ ਵੀ ਪੰਜਾਬ ਕੱਢ ਦੇਣਗੇ, ਰਾਸ਼ਟਰੀ ਗੀਤ 'ਚ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ, ਜਨ ਗਨ ਮਨ ਅਧਿਨਾ ਇੱਕ ਜਾਇਆ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ, ਪੰਜਾਬ ਕੱਢ ਦੇਣਗੇ ਚੋਂ, UP ਪਾ ਦੇਣਗੇ ਉੱਥੇ, ਹਾਂ UP ਸਿੰਧ ਗੁਜਰਾਤ ਮਰਾਠਾ ਕਰ ਦੇਣਗੇ। ਇਹਨਾਂ ਕੀ ਹੈ, ਇੱਕ ਬਿੱਲ ਹੀ ਲਿਆਉਣਾ, ਰੋਜ਼ ਤਾਂ ਸੰਵਿਧਾਨ ਬਦਲੀ ਜਾਂਦੇ ਆ ਇਹ, ਕੋਈ ਗੱਲ ਨਹੀਂ, ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ, ਡਬਲ ਇੰਜਨ ਕੀ ਸਰਕਾਰ, ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਣ ਹੀ ਹੈ ਨਹੀਂ, ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ।
ਪਹਿਲਾਂ ਰੇਲਵੇ ਨੂੰ ਇੰਜਣ ਦੇ ਦਿਓ, ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਣ ਬਾਅਦ 'ਚ ਦੇ ਦਿਓ ਡਬਲ। ਖੁਸ਼ਖਬਰੀ ਦੋ ਕੁ ਦਿਨ ਦੇ ਦਿਓ ਬਸ, ਇਦੋਂ ਵੱਡੀ ਖੁਸ਼ਖਬਰੀ ਦਿਓ। ਐਂ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜ਼ੂਰ ਸਾਹਿਬ ਜਾਣ ਤੋਂ, ਜਾਂ ਪਟਨਾ ਸਾਹਿਬ, ਜਾਂ ਵਾਰਾਨਸੀ, ਜਾਂ ਵਰਿੰਦਾਵਨ, ਅਯੋਧਿਆ? ਕਿਉਂ ਨਹੀਂ ਜਾਵਾਂਗੇ ਅਸੀਂ? ਅਸੀਂ ਹਰ ਜਗ੍ਹਾ ਨੂੰ ਪੂਜਦੇ ਹਾਂ, ਅਸੀਂ ਤਾਂ ਨੈਣਾ ਦੇਵੀ ਜਾ ਕੇ ਆਉਂਦੇ ਹਾਂ, ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ। ਅਸੀਂ ਤਾਂ ਈਦ 'ਤੇ ਵੀ ਸ਼ਾਮਿਲ ਹੁੰਦੇ ਹਾਂ, ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਹਾਂ, ਅਸੀਂ ਹੋਲੀਆਂ ਇਕੱਠੇ ਖੇਡਦੇ ਹਾਂ, ਅਸੀਂ ਵਿਸਾਖੀਆਂ ਇਕੱਠੇ ਮਨਾਉਂਦੇ ਹਾਂ। ਸਾਨੂੰ ਤੋੜਨਗੇ ਇਹ ਧਰਮ ਦੇ ਨਾਂ 'ਤੇ? ਕਦੇ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਬਸ ਆਹੀ ਦੁੱਖ ਹੈ ਕਿ ਪੰਜਾਬ 'ਚ ਪਹਾੜ ਕਿਉਂ ਨਹੀਂ ਪੈ ਰਿਹਾ, ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ? ਬੜੀ ਕੋਸ਼ਿਸ਼ ਕਰ ਲਈ, ਲੜਦੇ ਹੀ ਨਹੀਂ ਹੈਗੇ ਆਪਸ 'ਚ। ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ, ਜਿਹੜਾ ਮਰਜ਼ੀ ਬੀਜ ਬੀਜ ਦਾ ਉੱਗ ਪੂਗਾ, ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ। ਇਹ ਗੱਲ ਮੈਂ ਕਹਿਣੀ ਚਾਹੁੰਦਾ, ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ 'ਤੇ।